ਕਮਰਾ ਤੁਹਾਨੂੰ ਕੀ ਲੱਗਿਆ ਕਿ ਸਾਰੀ ਡੇਟ ਪੰਜਾਬੀ ਲੈਣ ਲੈਣ ਵਿੱਚ ਵੀ ਟਾਈਮ ਕਾਫੀ ਲੱਗ ਜਾਂਦਾ ਹੈ? ਸਾਜੀ ਡੇਟ ਪਲਾਨ ਹੀ ਟਾਈਮ ਜ਼ਿਆਦਾ ਲੱਗਦਾ ਹੈ। ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਸੀ ਡਰਾਈਵ ਮੈਨੂੰ ਤੇ ਕਰਨ ਸਾਜੀ ਵਾਸਤੇ? 1 ਮਹੀਨਾ ਤੇ ਉਹਨੇ 15 ਦਿਨ ਦਿੱਤੇ ਸਨ। ਅੱਛਾ, ਸਵਾ ਮਹੀਨਾ। ਟੋਟਲੀ ਪੰਦਰਾਂ ਪੀਰੀਅਡ ਦਿਨ ਤੁਹਾਨੂੰ ਕਿੰਨਾ ਲੱਗਾ ਲਾਇਸੈਂਸ ਤਿਆਰੀ ਵਾਸਤੇ? ਸਾਜੀ ਜੇ 6 ਮਹੀਨੇ ਹੋ ਜੇ ਮੈਨੂੰ ਸਾਰੇ ਲੱਗੇ ਨੇ। ਠੀਕ ਹੈ ਜੀ। ਮੈਂ ਆਪ ਹੀ ਨਹੀਂ ਹਾਂ ਪੜਦਾ, ਛੱਡਦਿਆਂ ਕੰਮ ਲੱਭ ਗਿਆ ਸੀ, ਉਹ ਕਰਨ ਸ਼ੁਰੂ ਅੱਛਾ, ਕਰ ਦਿੱਤਾ ਜੀ। ਫਿਰ ਵੀ ਮੈਂ ਤੁਹਾਨੂੰ ਸਾਰੀ 5 ਮਹੀਨਾ ਇਸ ਕਿਤਾ ਮਾਰ ਦੇਣਾ। ਤੁਹਾਨੂੰ ਲਾਇਸੈਂਸ ਕਰਨ ਵਿੱਚ ਕਿਹੜੀ ਚੀਜ਼ ਜ਼ਿਆਦਾ ਫੋਰਸ ਕਰਦੀ ਸੀ ਜਾਂ ਕਿੰਝ ਸਾਜੀ ਤੁਹਾਡਾ ਮਨ ਲੱਗਾ ਰਿਹਾ? ਇੱਕੋ ਚੀਜ਼ ਜਿਹੜੀ ਨਜ਼ਰ ਆਉਂਦੀ ਹੈ ਨਾ, ਉਹ ਜਿਹੜਾ ਤੁਹਾਡਾ ਇੱਕ ਸਟਾਈਲ ਹੈ ਪਲਾਨ ਦਾ, ਇੱਕ ਲਫ਼ਜ਼ ਦੱਸਣ ਦਾ, ਜਿਵੇਂ ਉਹ ਸਿਆਣੇ ਆਉਂਦੇ ਜਿਵੇਂ ਆਉਂਦੇ ਨੇ ਕਿ ਇੱਕ ਲਫ਼ਜ਼ ਆਪ ਖਾ ਲੈਣਾ ਚਿੱਤ ਕੇ ਅਗਲੇ ਬੱਚੇ ਦੇ ਮੂੰਹ ਪਾਣਾ ਦੀ ਹਲ ਨੂੰ ਖਾ ਲੈ। ਮਾਸ਼ਾ ਅੱਲਾਹ, ਇਸ ਤਰ੍ਹਾਂ ਮੁਰਗੀ ਉਹ ਦਾਣਾ ਛੋਟਾ ਕਰਕੇ ਦਿੱਤੇ ਹੁੰਦੇ। ਹਾਂਜੀ, ਵਾਹ ਵਾਹ, ਉਹ ਸਾਲ ਉਹ ਕਿਊਟ ਜੀ, ਇੰਨਾ ਕੁ ਲਫ਼ਜ਼ ਦੱਸ ਕੇ ਲੱਗ ਜਾਂਦੀ ਸੀ, ਪਤਾ ਲੱਗ ਜਾਂਦਾ ਸੀ ਕਿ ਸਮਝ ਆਇਆ। ਅੱਲਾਹ ਅਕਬਰ। ਇਹ ਵੀ ਵੇਖੋ ਨਾ, ਓਕੇ ਕਹਿੰਦੇ ਨੇ ਨਾ, ਕਦਰ ਫੁੱਲਾਂ ਦਾ ਬੁਲਬੁਲ ਜਾਣੇ ਸਾਫ ਦਿਮਾਗਾਂ ਵਾਲੀ, ਯਾਨੀ ਤੁਸੀਂ ਇਸ ਪੜ੍ਹਾਈ ਦੀ ਕਦਰ ਕਰਦੇ ਹੋ, ਇਹ ਵੀ ਤੁਹਾਡੀ ਮੁਹੱਬਤ ਵੀ ਹੈ ਔਰ ਤੁਹਾਨੂੰ ਅੱਲਾ ਨੇ ਸਮਝ ਵੀ ਦਿੱਤੀ ਹੈ। ਨਹੀਂ ਤੇ ਕਿਆ ਲੱਗੇ ਜਿਹੜੇ ਦੂਸਰੇ ਭਾਈ ਨੇ ਸਾਡੇ, ਉਹਨਾਂ ਨੂੰ ਇਹਨਾਂ ਲਫ਼ਜ਼ਾਂ ਨਾਲ ਜਾਂ ਇਹਨਾਂ ਦੇ ਮੀਨਿੰਗਾਂ ਨਾਲ ਆਸਾਨੀਆਂ ਵਾਲੇ ਵੀ ਨੇ। ਅਸੀਂ ਦੁਆ ਕਰਨੇ ਅੱਲਾ ਸਾਰਿਆਂ ਨੂੰ ਆਸਾਨੀਆਂ ਦੇਵੇ। ਇਹ ਕਰਦੇ ਨੇ ਪੇ ਇਹਨਾਂ ਕਰ ਜਾਣਾ, ਜੇ ਕੁਝ ਕਰ ਚੁੱਕੇ ਨੇ ਜਿਹੜੇ ਸਾਹਿਬ ਮੀਡੀਆ ਤੇ ਸੁਣਦੇ ਨੇ, ਫਿਰ ਤੁਸੀਂ ਵੀ ਆਓ, ਨਾਰਾ ਮਾਰੋ, ਇਨਸ਼ਾਅੱਲਾ ਲਾਇਸੈਂਸ ਹੋਇਆ ਲੋ। ਕਿਉਂਕਿ ਇੱਕ ਟਾਰਗੇਟ ਹੈਗਾ, ਜਿਵੇਂ ਛੋਟਾ ਭਾਈ ਦੱਸਦੇ ਨੇ ਪੇ ਕਿ ਮੈਂ ਆਉਂਦਿਆਂ ਹੀ ਮੈਨੂੰ ਇਹ ਦੱਸਿਆ ਗਿਆ ਕਿ ਬਾਈ ਦੋ ਟਾਰਗੇਟ ਨੇ ਤੇਰੇ ਸਾਹਮਣੇ, ਇੱਕ ਜ਼ੁਬਾਨ ਔਰ ਇੱਕ ਲਾਇਸੈਂਸ। ਇਹ ਦੋ ਕਰ ਗਈ ਤੇ ਕਿਸੇ ਪਾਸੇ ਲੱਗ ਜਾਏਗਾ, ਨਹੀਂ ਤੇ ਪਤਾ ਨਿੱਕਿਆ ਹੁੰਦਿਆਂ ਘਰ ਦੇ ਕਹਿੰਦੇ ਸੀ ਪੜ੍ਹ ਜਾਏਗਾ ਤੇ ਕਿਸੇ ਪਾਸੇ ਲੱਗ ਜਾਏਗਾ। ਇਹ ਦੋ ਕੰਮ ਕਰ ਜੋ ਤੇ ਇਨਸ਼ਾਅੱਲਾ ਲਾਇਸੈਂਸ ਹੋਇਆ ਲੋ। ਆਪਣੇ ਅੰਦਰੋਂ ਇਹ ਜਲਦੀ ਵਾਲਾ ਜਿਹੜਾ ਪਰਿੰਦਾ ਹੈ ਨਾ, ਇਹਨੂੰ ਤਾਂ ਕਿਸੇ ਪਾਸੇ ਗੁੱਠੇ ਲਾਓ